ਲਓ ਜੀ, ਜੀ ਆਇਆਂ ਨੂੰ, ਸਾਰਿਆਂ ਨੂੰ ਕਿੱਦਾਂ? ਸਾਰੇ ਠੀਕ ਠਾਕ ਹੋ? ਵਧੀਆ। ਔਰ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਜਿੱਦਾਂ ਕਿ ਸਾਰਿਆਂ ਨੂੰ ਪਤਾ ਹੈ ਕਿ ਆਪਣੇ ਬਾਈ ਸਿੱਧੂ ਬਾਈ ਦਾ ਗਾਣਾ ਆ ਰਿਹਾ ਜੀ 410। ਆਪਾਂ ਟੀਜ਼ਰ ਵੇਖ ਲਿਆ, ਟੀਜ਼ਰ ਵੀ ਆਇਆ ਤੇ ਟੀਜ਼ਰ ਦੇ ਵਿੱਚ ਕੋਈ ਐਡਾ ਸਾਨੂੰ ਪਤਾ ਕੋਈ ਬੋਲ ਨਹੀਂ ਉਹਨਾਂ ਨੇ ਬਾਹਰ ਕੱਢਿਆ। ਮੈਂ ਕਿਹਾ ਲੈ ਵੇਟ ਕਰੋ, ਕਿਉਂਕਿ ਗੱਲ ਉਹਨਾਂ ਨੇ ਮੇਰੇ ਖਿਆਲ ਤਾਂ ਨਹੀਂ ਆ ਬੋਲ ਬਾਹਰ ਕੱਢਿਆ, ਕਿਉਂਕਿ ਸਿੱਧੂ ਭਾਜੀ ਦੇ ਗਾਣੇ ਚੋਰੀ ਬਹੁਤ ਹੁੰਦੇ ਨੇ। ਨਹੀਂ, ਇਹ ਉਹ ਗਾਣਾ ਜੀ ਕਿ ਜਿਹੜਾ ਹਰੇ ਤੱਕ ਕਿਤੇ ਵੀ ਲੀਕ ਨਹੀਂ ਹੋਇਆ। ਸਿੱਧੂ ਭਾਜੀ ਦੇ ਗਾਣੇ ਲੀਕ ਹੋਏ ਨੇ, ਲੇਕਿਨ ਉਹਨਾਂ ਨੇ ਅਜੇ ਇਹਦੀ ਖਬਰ ਵੀ ਤਾਂ ਨਹੀਂ ਨਾ ਉੱਠੀ। ਐ ਮੈਂ ਕਿਹਾ ਕੱਲ੍ਹ ਹੀ ਤਾਂ ਪਤਾ ਚੱਲਿਆ ਆਪਾਂ ਨੂੰ ਕਿ ਸਿੱਧੂ ਭਾਜੀ ਦਾ ਗਾਣਾ ਆ ਰਿਹਾ 410। ਚਲੋ, ਬਾਕੀ ਸੁੱਖ ਵਾਇਰਲ ਨੂੰ ਤੁਸੀਂ ਜਾਣਦੇ ਹੋਣੇ, ਉਹਨਾਂ ਦੇ ਵੀਡੀਓ ਬਹੁਤ ਵਧੀਆ ਹੁੰਦੇ ਨੇ ਸਿੱਧੂ ਭਾਈ ਨੂੰ ਲੈ ਕੇ ਕਾਫੀ ਉਹਨਾਂ ਦੇ ਮਤਲਬ। ਚਲੋ ਆਪਾਂ ਉਹਨਾਂ ਦਾ ਵੀਡੀਓ ਵੇਖਨੇ ਆ ਕਿ ਐਕਚੁਅਲੀ 410 ਹੈ ਹੈ ਕੀ ਹੈ। ਤੇ ਸਾਰਿਆਂ ਨੂੰ ਇਹ ਤਾਂ ਪਤਾ ਸੀ ਕਿ ਸਿੱਧੂ ਬਾਈ ਦਾ ਇਸੇ ਮਹੀਨੇ ਇੱਕ ਨਵਾਂ ਗਾਣਾ ਆਉਣ ਵਾਲਾ ਹੈ। ਇਹ ਨਹੀਂ ਪਤਾ ਸੀ ਕਿ ਕਿਹੜਾ ਗਾਣਾ ਰਿਲੀਜ਼ ਹੋ ਸਕਦਾ। ਸੋ ਹੁਣ ਫਾਈਨਲੀ ਸਿੱਧੂ ਬਾਈ ਦੇ ਇੱਕ ਨਵੇਂ ਗਾਣੇ ਦਾ ਆਫੀਸ਼ੀਅਲ ਅਕਾਊਂਟ ਤੇ ਪੋਸਟਰ ਰਿਲੀਜ਼ ਹੋਇਆ ਤੇ ਇਹ ਗਾਣਾ ਸਿੱਧੂ ਬਾਈ ਤੇ ਸਨੀ ਮਾਲਟਨ ਦੋਨਾਂ ਦਾ ਹੀ ਆਉਣ ਵਾਲਾ। ਸੋ ਇਸ ਗਾਣੇ ਦਾ ਨਾਮ ਹੈ 410 ਤੇ ਇਹ ਗਾਣਾ ਰਿਲੀਜ਼ ਇਸੇ ਡੇਟ ਨੂੰ ਹੀ ਹੋਊਗਾ, ਯਾਨੀ ਕਿ ਚੌਥੇ ਮਹੀਨੇ ਤੇ 10 ਤਰੀਕ ਨੂੰ ਰਿਲੀਜ਼ ਹੋਊਗਾ। ਹੁਣ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਕਿ ਇਸ ਗਾਣੇ ਦਾ ਜਿਹੜਾ ਨਾਮ ਹੈ 410, ਇਸ ਨਾਮ ਦਾ ਕੀ ਮਤਲਬ ਹੈ। ਇਸ ਵੀਡੀਓ 'ਚ ਇਹ ਵੀ ਦੇਖਾਂਗੇ ਕਿ ਇਸ ਗਾਣੇ ਦਾ ਨਾਮ 410 ਹੀ ਕਿਉਂ ਰੱਖਿਆ ਗਿਆ, ਉਹਦੇ ਪਿੱਛੇ ਕੀ ਕਾਰਨ ਹੈ, ਇਹ ਵਾਲਾ ਨਾਮ ਸਿੱਧੂ ਬਾਈ ਦੇ ਪਾਸਟ ਦੇ ਨਾਲ ਕਿਵੇਂ ਲਿੰਕ ਹੁੰਦਾ ਹੈ ਆਪਸ ਦੇ ਵਿੱਚ। ਸੋ ਜ਼ਿਆਦਾ ਸਮਾਂ ਨਹੀਂ ਲੈਂਦੇ, ਆਓ ਵੀਡੀਓ ਸ਼ੁਰੂ ਕਰਦੇ ਹਾਂ। ਦੇਖੋ, ਸਭ ਤੋਂ ਪਹਿਲਾਂ ਤਾਂ ਸਨੀ ਮਾਲਟਨ ਨੇ ਆਪਣੀ ਇੰਸਟਾਗ੍ਰਾਮ 'ਤੇ ਇੱਕ ਪੋਸਟ ਪਾਈ ਸੀ ਅਤੇ ਇਹ ਲਿਖਿਆ ਸੀ ਕਿ 1,00,000 ਕਮੈਂਟ ਕੰਪਲੀਟ ਕਰੋਗੇ ਤਾਂ ਆਪਾਂ ਪੋਸਟਰ ਰਿਲੀਜ਼ ਕਰਾਂਗੇ। ਦੇਖੋ, ਪੋਸਟ ਅਪਲੋਡ ਹੋਣ ਤੋਂ ਸਿਰਫ 5 ਘੰਟਿਆਂ ਦੇ ਵਿੱਚ 1,00,000 ਕਮੈਂਟਸ ਕੰਪਲੀਟ ਹੋ ਗਏ ਸੀ। ਜਦੋਂ ਕਾਫੀ ਟਾਈਮ ਬਾਅਦ ਫਿਰ ਵੀ ਪੋਸਟਰ ਰਿਲੀਜ਼ ਨਹੀਂ ਹੋਇਆ, ਇੰਸਟਾਗ੍ਰਾਮ 'ਤੇ ਲੋਕ ਸਨੀ ਮਾਲਟਨ ਨੂੰ ਮੈਂਸ਼ਨ ਕਰਕੇ ਸਵਾਲ ਪੁੱਛ ਰਹੇ ਸੀ ਕਿ ਹਜੇ ਤੱਕ ਪੋਸਟਰ ਕਿਉਂ ਨਹੀਂ ਆਇਆ। ਕੁਝ ਲੋਕ ਤਾਂ ਮਜ਼ਾਕ ਦੇ ਵਿੱਚ ਸਨੀ ਮਾਲਟਨ ਨੂੰ ਇਹ ਕਹਿ ਰਹੇ ਸੀ ਕਿ ਸਨੀ ਮਾਲਟਨ ਸੁੱਤਾ ਪਿਆ, ਸਨੀ ਮਾਲਟਨ ਨੂੰ ਮੈਸੇਜ ਕਰ ਕਰਕੇ ਛੇੜ ਰਹੇ ਸੀ ਕਿ ਯਾਰ ਤੂੰ ਜਲਦੀ ਉੱਠ, ਪੋਸਟਰ ਰਿਲੀਜ਼ ਕਰਨਾ। ਜੇਕਰ ਆਪਾਂ ਸਨੀ ਮਾਲਟਨ ਦੀਆਂ ਪਿਛਲੀਆਂ ਪੋਸਟ ਨੂੰ ਦੇਖੀਏ, ਉਹਨਾਂ ਦੇ ਵਿੱਚ ਜਿਹੜੇ ਕਮੈਂਟ ਹੁੰਦੇ ਨੇ ਉਹ ਇੰਨੇ ਜ਼ਿਆਦਾ ਨਹੀਂ ਹੁੰਦੇ, ਯਾਨੀ ਕਿ ਸਨੀ ਮਾਲਟਨ ਦੀ ਪੋਸਟ 'ਤੇ ਜਿਹੜੇ ਕਮੈਂਟ ਹੁੰਦੇ ਨੇ ਉਹ 5 ਤੋਂ 10 ਹਜ਼ਾਰ ਦੇ ਵਿੱਚ ਵਿੱਚ ਹੁੰਦੇ ਨੇ। ਜਿਹੜਾ ਟਾਰਗੇਟ ਸਨੀ ਮਾਲਟਨ ਨੇ ਆਪਣੇ ਇੰਸਟਾਗ੍ਰਾਮ 'ਤੇ ਰੱਖਿਆ ਸੀ 5 ਘੰਟਿਆਂ ਦੇ ਵਿੱਚ ਹੀ ਪੂਰਾ ਹੋ ਗਿਆ ਅਤੇ 1,00,000 ਕਮੈਂਟ ਕੰਪਲੀਟ ਹੋ ਗਏ। ਇਹੀ ਹੈ ਸਿੱਧੂ ਬਾਈ ਦੀ ਪਾਵਰ ਅਤੇ ਸਿੱਧੂ ਬਾਈ ਦੇ ਚੋਣ ਵਾਲਿਆਂ ਦੀ ਪਾਵਰ। ਹੁਣ ਕਈ ਲੋਕ ਕਨਫਿਊਜ਼ ਵੀ ਸੀ ਕਿ ਯਾਰ ਕਿਹੜਾ ਗਾਣਾ ਰਿਲੀਜ਼ ਹੋ ਸਕਦਾ, ਕਈ ਕਹਿ ਰਹੇ ਸੀ ਡਾਇਲਮਾ ਗਾਣਾ ਰਿਲੀਜ਼ ਹੋ ਸਕਦਾ ਕਿਉਂਕਿ ਉਹ ਗਾਣਾ ਕਨਫਰਮ ਸੀ। ਫਿਰ ਜਦੋਂ ਸਨੀ ਮਾਲਟਨ ਦੀ ਇਹ ਪੋਸਟ ਦੇਖੀ ਲੋਕਾਂ ਨੇ ਫਿਰ ਇਹ ਕਿਹਾ ਕਿ ਯਾਰ ਸਨੀ ਮਾਲਟਨ ਅਤੇ ਸਿੱਧੂ ਮੂਸੇਵਾਲਾ ਬਾਈ ਦਾ ਜਿਹੜਾ ਗਾਣਾ ਹੈ ਇਹ ਡਾਇਲਮਾ ਗਾਣੇ ਦੇ ਨਾਲ ਹੀ ਆਊਗਾ, ਯਾਨੀ ਕਿ ਇਹਨਾਂ ਤਿੰਨਾਂ ਦਾ ਇੱਕ ਹੀ ਗਾਣਾ ਰਿਲੀਜ਼ ਹੋ ਸਕਦਾ। ਅਤੇ ਫਿਰ ਹੁਣ ਜਦੋਂ ਪੋਸਟਰ ਰਿਲੀਜ਼ ਹੋਇਆ ਤਾਂ ਸਾਰਿਆਂ ਦੇ ਡਾਊਟ ਕਲੀਅਰ ਹੋ ਗਏ, ਸਨੀ ਮਾਲਟਨ ਅਤੇ ਸਿੱਧੂ ਬਾਈ ਦਾ ਇੱਕ ਅਲੱਗ ਤੋਂ ਗਾਣਾ ਆ ਰਿਹਾ ਹੈ ਅਤੇ ਮੈਨੂੰ ਲੱਗਦਾ ਕਿ ਇਹ ਵਾਲਾ ਗਾਣਾ ਬਿਲਕੁਲ ਵੀ ਲੀਕ ਨਹੀਂ ਹੈ, ਯਾਨੀ ਕਿ ਬਿਲਕੁਲ ਫਰੈਸ਼ ਗਾਣਾ ਹੋਊਗਾ। ਸਿੱਧੂ ਬਾਈ ਦੇ ਚੋਣ ਵਾਲਿਆਂ ਲਈ ਇਹ ਇੱਕ ਬਹੁਤ ਵੱਡਾ ਸਰਪ੍ਰਾਈਜ਼ ਹੈ। ਹੁਣ ਇਸ ਗਾਣੇ ਦਾ ਨਾਮ ਹੈ 410, ਯਾਨੀ ਕਿ 410। ਦੇਖੋ, ਮੈਂ ਇੱਥੇ ਕਨਫਰਮ ਤਾਂ ਨਹੀਂ ਕਹਿ ਸਕਦਾ, ਪਰ 410 ਦਾ ਮਤਲਬ ਹੋ ਸਕਦਾ 410 ਬੋਰ, ਯਾਨੀ ਕਿ ਇਹ ਇੱਕ ਤਰ੍ਹਾਂ ਦੀ ਸ਼ਾਰਟ ਗਨ ਬੰਦੂਕ ਹੁੰਦੀ ਹੈ ਤੇ ਇਹਦੀ ਫੋਟੋ ਤੁਸੀਂ ਸਕਰੀਨ ਤੇ ਵੇਖ ਹੀ ਸਕਦੇ ਹੋ। ਇਹ ਇੱਕ ਤਰ੍ਹਾਂ ਦੀ ਯੂਨੀਕ ਵਿਦੇਸ਼ੀ ਸ਼ਾਰਟ ਗਨ ਹੈ ਤੇ ਕਈ ਲੋਕ ਇਹਨੂੰ 410 ਬੋਰ ਵਾਲੀ ਬੰਦੂਕ ਵੀ ਕਹਿੰਦੇ ਨੇ। ਦੇਖੋ, ਇਹ ਵਾਲੀ ਜਿਹੜੀ ਬੰਦੂਕ ਹੈ ਇਹ ਸ਼ਾਰਟ ਗਨ ਸ਼ੈਲ ਦੇ ਸਭ ਤੋਂ ਛੋਟੇ ਕੈਲੀਬਰ ਦੇ ਵਿੱਚੋਂ ਇੱਕ ਹੁੰਦੀ ਹੈ। ਦੇਖੋ, ਜਿੱਥੋਂ ਤੱਕ ਇਸ ਚੀਜ਼ ਦੇ ਬਾਰੇ ਸੋਸ਼ਲ ਮੀਡੀਆ ਤੇ ਦੱਸਿਆ ਹੋਇਆ ਉਹ ਇਹ ਕਹਿੰਦੇ ਨੇ ਕਿ 410 ਬੋਰ ਦੀ ਜਿਹੜੀ ਬੰਦੂਕ ਹੈ ਇਹਦੇ ਲਈ ਛੋਟੇ ਖੇਲ ਹੁੰਦੇ ਨੇ ਜਿਹੜੇ, ਯਾਨੀ ਕਿ ਸ਼ਿਕਾਰ ਹੁੰਦੇ ਨੇ ਉਹ ਕੀਤੇ ਜਾਂਦੇ ਨੇ। ਇਹ ਵੀ ਕਿਹਾ ਜਾਂਦਾ ਕਿ ਇਹ 410 ਛੋਟੇ ਗੋਲੇ ਦਾਗ ਸਕਦੀ ਹੈ ਤੇ ਇਹੀ ਕੁਝ ਚੀਜ਼ਾਂ ਨੇ ਜਿਹੜੀਆਂ ਇਸ ਸ਼ਾਰਟ ਗਨ ਨੂੰ ਯੂਨੀਕ ਬਣਾਉਂਦੀਆਂ ਨੇ। ਸਿੱਧੂ ਬਾਈ ਦੇ ਜਿਹੜੇ ਇਸ ਗਾਣੇ ਦਾ ਟਾਈਟਲ ਹੈ ਉਹ 410 ਹੀ ਰੱਖਿਆ ਗਿਆ। ਹੁਣ ਮੈਂ ਇੱਥੇ 100% ਸ਼ੋਰ ਤਾਂ ਨਹੀਂ ਹਾਂ, ਪਰ ਜੇਕਰ ਇਸ ਗਾਣੇ ਦਾ ਟਾਈਟਲ ਇਸ ਬੰਦੂਕ ਦੇ ਨਾਮ ਦੇ ਨਾਲ ਮੈਚ ਹੁੰਦਾ ਤਾਂ ਗਾਣੇ ਦੇ ਵਿੱਚ ਵੀ ਕਾਫੀ ਇੱਦਾਂ ਦੀਆਂ ਚੀਜ਼ਾਂ ਹੋਣਗੀਆਂ ਜਿਹੜੀਆਂ ਆਪਾਂ ਨੂੰ ਨਵੀਆਂ ਸੁਣਨ ਨੂੰ ਮਿਲਣਗੀਆਂ ਤੇ ਇੱਕ ਗੈਂਗਸਟਰ ਟਾਈਪ ਵਾਈਬ ਹੋਊਗੀ ਇਸ ਗਾਣੇ ਦੀ। ਜੇਕਰ ਆਪਾਂ ਆਈਡੀਆ ਲਈਏ ਤਾਂ ਸ਼ਾਇਦ ਸਿੱਧੂ ਬਾਈ ਦਾ ਸੈਲੀਬ੍ਰਿਟੀ ਕਿਲਰ ਟਾਈਪ ਗਾਣਾ ਹੋ ਸਕਦਾ। ਹੁਣ ਆਪਾਂ ਗੱਲ ਕਰਦੇ ਹਾਂ ਕੀ ਰੀਜ਼ਨ ਹੋ ਸਕਦਾ ਜਿਹੜਾ ਇਸ ਗਾਣੇ ਦਾ ਨਾਮ 410 ਰੱਖਿਆ ਗਿਆ ਹੋਵੇ। ਦੇਖੋ, ਜਿਹੜੀ ਮੈਂ ਸ਼ਾਰਟਗਨ ਦੀ ਗੱਲ ਕੀਤੀ ਹੈ ਉਹਦਾ ਸੋਸ਼ਲ ਮੀਡੀਆ ਤੇ ਇਹ ਦੱਸਿਆ ਹੋਇਆ ਕਿ ਇਹ ਛੋਟੇ ਸ਼ਿਕਾਰ ਦੇ ਲਈ ਵਰਤੀ ਜਾਂਦੀ ਹੈ। ਇਸ ਗਾਣੇ ਦੇ ਵਿੱਚ ਵੀ ਸ਼ਾਇਦ ਹੋ ਸਕਦਾ ਕਿ ਸਿੱਧੂ ਬਾਈ ਨੇ ਟਾਰਗੇਟ ਕੀਤਾ ਹੋਵੇ ਕੁਝ ਸਿੰਗਰਸ ਨੂੰ, ਜਿਹੜੇ ਸਿੰਗਰਸ ਸਿੱਧੂ ਬਾਈ ਦੇ ਖਿਲਾਫ ਸੀ, ਆ ਬੀਫ ਚੱਲਦੀ ਸੀ ਉਹਨਾਂ ਦੇ ਨਾਲ, ਤੇ ਮੈਂ ਇੱਥੇ ਕਨਫਰਮ ਨਹੀਂ ਕਰ ਰਿਹਾ, ਇਹ ਮੈਂ ਇੱਕ ਆਈਡੀਆ ਲਾ ਕੇ ਹੀ ਦੱਸ ਰਿਹਾ। ਤੇ ਜੇਕਰ ਆਪਾਂ ਸਿੱਧੂ ਬਾਈ ਦੀ ਪਿਛਲੀਆਂ ਵੀਡੀਓਜ਼ ਦੇਖੀਏ, ਜਿਵੇਂ ਕਿ ਜੀ ਵੈਗਨ ਗਾਣੇ ਦੀ ਵੀਡੀਓ, ਉਸ ਗਾਣੇ ਦੀ ਵੀਡੀਓ ਦੇ ਵਿੱਚ ਸਿੱਧੂ ਬਾਈ ਨੇ ਸੇਮ ਇਦਾਂ ਦੀ ਹੀ ਬੰਦੂਕ ਪਕੜੀ ਹੁੰਦੀ ਹੈ। ਫਿਰ ਇਸ ਤੋਂ ਬਾਅਦ ਸਿੱਧੂ ਬਾਈ ਦੇ ਇਸ ਗਾਣੇ ਦੀ ਵੀਡੀਓ ਵੀ ਦੇਖ ਸਕਦੇ ਹੋ ਤੁਸੀਂ।
ਜੇਕਰ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਦੇਖੀਏ ਤਾਂ ਇਹੀ ਆਈਡੀਆ ਨਿਕਲਦਾ ਗਾਣੇ ਦਾ ਜਿਹੜਾ ਟਾਈਟਲ ਹੈ ਉਹ 410 ਇਸ ਲਈ ਰੱਖਿਆ ਗਿਆ ਕਿਉਂਕਿ 410 ਬੋਰ ਵਾਲੀ ਬੰਦੂਕ ਯਾਨੀ ਕਿ ਸ਼ੋਰਟ ਗਨ ਦੇ ਨਾਲ ਮੈਚ ਹੁੰਦਾ। ਹੁਣ ਇਹ ਚੀਜ਼ ਤਾਂ ਗਾਣਾ ਰਿਲੀਜ਼ ਹੋਣ ਤੋਂ ਬਾਅਦ ਅਚਾਨਕ ਹੀ ਪਤਾ ਲੱਗੂਗੀ ਕਿ ਇਸ ਗਾਣੇ ਦੇ ਕਿੱਦਾਂ ਦੇ ਲਿਰਿਕਸ ਨੇ, ਕਿੱਦਾਂ ਦਾ ਮਿਊਜ਼ਿਕ ਹੈ, ਅਤੇ ਜਿਹੜੀ ਮੈਂ ਚੀਜ਼ ਦੱਸੀ ਹੈ ਇਹ ਇਸ ਗਾਣੇ ਦੇ ਨਾਲ ਮੈਚ ਹੁੰਦੀ ਹੈ, ਲਿੰਕ ਹੁੰਦੀ ਹੈ ਜਾਂ ਨਹੀਂ। ਅਚਾਨਕ ਇਸ ਲਈ ਪਤਾ ਲੱਗੂਗਾ ਕਿਉਂਕਿ ਥੋੜ੍ਹੇ ਦਿਨ ਹੀ ਰਹਿ ਗਏ ਇਸ ਗਾਣੇ ਦੇ ਰਿਲੀਜ਼ ਹੋਣ ਨੂੰ, ਲਗਭਗ 10 ਤਰੀਕ ਨੂੰ ਇਹ ਗਾਣਾ ਰਿਲੀਜ਼ ਹੋ ਜਾਣਾ। ਜਿਵੇਂ ਕਿ ਹੁਣ ਥੋੜ੍ਹੇ ਦਿਨ ਰਹਿ ਗਏ ਅਤੇ ਨਾ ਹੀ ਇਹਦਾ ਕੋਈ ਟੀਜ਼ਰ ਆ ਸਕਦਾ, ਨਾ ਹੀ ਕੋਈ ਇਹਦੇ ਬਾਰੇ ਹੋਰ ਕੋਈ ਗੱਲ ਹੋਊਗੀ ਗਾਣੇ ਦੇ ਬਾਰੇ, ਡਾਇਰੈਕਟ ਬਸ ਵੇਟ ਕਰਨੀ ਪਊਗੀ ਆਪਾਂ ਨੂੰ ਅਤੇ 10 ਤਰੀਕ ਨੂੰ ਇਹ ਗਾਣਾ ਰਿਲੀਜ਼ ਹੋ ਜੂਗਾ। ਸੋ ਇਸ ਵੀਡੀਓ ਦੇ ਵਿੱਚ ਇੰਨਾ ਹੀ, ਤੁਸੀਂ ਮੇਰੀ ਗੱਲ ਨਾਲ ਡਿਸਐਗਰੀ ਵੀ ਹੋ ਸਕਦੇ ਹੋ, ਜ਼ਰੂਰੀ ਨਹੀਂ ਕਿ ਮੈਂ ਸਹੀ ਹੋਵਾਂ। ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਅਤੇ ਤੁਹਾਨੂੰ ਕਿੰਨੀ ਕੁ ਐਕਸਾਈਟਮੈਂਟ ਹੈ ਇਸ ਨਵੇਂ? ਅੱਛਾ, ਉਹਨਾਂ ਨੇ ਟੀਜ਼ਰ ਇਹ ਤੋਂ ਪਹਿਲੇ ਦੀ ਵੀਡੀਓ ਬਣਾਈ ਹੈ ਲੱਗਦਾ। ਹਾਂ, ਤੇ ਟੀਜ਼ਰ ਤੇ ਆਇਆ ਲੇਕਿਨ ਟੀਜ਼ਰ ਨੂੰ ਅਸੀਂ ਚੈੱਕ ਆਊਟ ਕੀਤਾ, ਉਹਦੇ ਵਿੱਚ ਸਾਨੂੰ ਮਤਲਬ ਬੋਲ ਕੋਈ ਵੀ ਬੋਲ ਨਹੀਂ ਕੋਈ ਨਜ਼ਰ ਆਇਆ। ਗੌਰ ਤਾਂ ਬੜਾ ਕੀਤਾ ਸੀ, ਅਜੇ ਗੌਰ ਬੜਾ ਕੀਤਾ, ਪਰ ਹਜੇ ਸੰਨੀ ਮਾਲਟਨ ਆਪ ਹੀ ਫਿਰਦਾ ਰਿਹਾ ਅਤੇ ਉਹਨੇ ਕਿਹਾ ਨਾ ਹਜੇ ਉਹਨੇ। ਅੱਛਾ ਦੇਖੋ ਕੈਸੀ ਗੱਲ ਹੈ, ਸੰਨੀ ਮਾਲਟਨ ਨੇ ਜਦੋਂ ਆਪਣੀ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਸੀ, ਉਹਦੇ ਆਪਣੇ ਜਿਹੜਾ ਸੋਸ਼ਲ ਸੀ ਇੱਕ ਆਪਣੀ ਤਸਵੀਰ ਲਾਉਂਦਾ ਸੀ ਜਾਂ ਕੁਛ ਹੋਰ ਲਾਉਂਦਾ ਸੀ, 5,000 ਕਮੈਂਟ, 10,000 ਕਮੈਂਟ ਇੰਨੇ ਕੁ ਰਹਿੰਦੇ ਸੀ, ਜਿੱਥੇ ਉਹਨਾਂ ਨੇ ਨਾਮ ਲਿਖਿਆ ਕਿ 100 ਕੇ ਕਮੈਂਟ ਆ ਜਾਣਗੇ ਸਿੱਧੂ ਭਾਅ ਜੀ ਦਾ, ਮੇਰੇ ਗਾਣੇ ਦਾ ਪੋਸਟਰ ਮੈਂ ਰਿਲੀਜ਼ ਕਰ ਦਿਆਂਗਾ। ਤੋ ਕਮੈਂਟ ਆਏ ਨੂੰ ਵੀ ਕਹਿੰਦਾ ਉਹ ਕਮੈਂਟ 100 ਕੇ ਪੂਰੇ ਹੋਏ ਨੂੰ ਵੀ 5 ਘੰਟੇ ਹੋ ਗਏ ਸੀ। ਹਾਂ ਤੇ ਉਹ ਲੋਕਾਂ ਫੌਰਨ ਕੀਤੇ ਨਾ ਕਮੈਂਟ ਕੀਤੇ ਨੇ ਕਿ ਮਤਲਬ ਪੋਸਟਰ ਕੀਤੇ ਸਿੱਧੂ ਭਾਅ ਜੀ ਆਏ, 410 ਗਨ ਜਾਂ ਫਿਰ ਕੁਝ ਹੋਰ, ਕੁਝ ਹੋਰ ਹਾਈਵੇ ਵੀ, ਹਾਈਵੇ ਕੁਝ ਹੋਰ ਹੈ, ਹਾਈਵੇ ਨੂੰ ਵੀ ਕਹਿੰਦੇ ਨੇ 410 ਇੱਕ ਹਾਈਵੇ ਵੀ ਹੈ। ਗਨ ਤੋਂ ਰਿਲੇਟਡ ਹੀ ਹੋਏਗਾ, ਗਨ ਤੋਂ ਰਿਲੇਟਡ ਹੋਏਗਾ। ਹਾਂਜੀ ਜੀ, ਤੁਹਾਨੂੰ ਕਿੱਦਾਂ ਲੱਗਦਾ ਪਿਆ ਤੇ ਕੱਲ ਤੱਕ ਵੇਟ ਕਰਨਾ ਹੈ ਕਿ ਵੇਟ ਕਰਨਾ ਹੀ ਪੈਣਾ ਹੁਣ? ਵੇਟ ਅੱਛਾ ਜੀ, ਵੇਟ ਕਰਨਾ ਫਿਰ ਔਖਾ ਹੋ ਜਾਂਦਾ ਹੈ। ਆ ਕਿ ਹੁਣ ਨਾਮ ਸੁਣਦੀ ਹੈ ਨਾ, ਫਿਰ ਕਈ ਵੀਡੀਓ ਅਸੀਂ ਵੇਖ ਸਕਦੇ ਹਾਂ ਜੇ ਸਾਈ ਦਿਨ ਦੇ ਵਿੱਚ ਕੋਈ ਬੋਲ ਆ ਗਿਆ ਹੋਵੇ ਇਹਦੇ ਵਿੱਚ। ਅੱਛਾ, ਮੇਰੇ ਦਿਲ ਵਿੱਚ ਨਾ ਮਤਲਬ ਜ਼ਿਹਨ ਦੇ ਵਿੱਚ ਇੱਕ ਚੀਜ਼ਾਂ ਦਾ ਇਹ ਵੀ ਆਉਣ ਡਿਆ ਸੀ ਕਿ ਜਦੋਂ 410 ਕੋਈ ਉਨ, ਲੇਕਿਨ ਇਹ ਤੇ ਕੁਛ ਵੀ ਹੋ ਸਕਦਾ, ਲੇਕਿਨ ਕੱਲ ਤੱਕ ਆਪਾਂ ਨੂੰ ਵੇਟ ਕਰਨਾ ਹੀ ਪਏਗਾ। 410 ਇੱਕ ਤਾਂ ਹੈਗੀ, 410 ਸ਼ਾਟਗਨ ਬੋਰ ਹੈ, 410 ਕੋਈ ਟਰੈਕਟਰ ਤੇ ਨਹੀਂ ਹੈ ਜਿਵੇਂ 9-11, ਕਿਉਂਕਿ ਟਰੈਕਟਰਾਂ ਦਾ ਵੀ ਸ਼ੌਕ ਸੀ। ਨਹੀਂ, ਟਰੈਕਟਰ 410 ਆਪਾਂ ਕਦੀ ਸੁਣਿਆ ਨਹੀਂ, 410 ਦਾ ਤੇ ਆਪਾਂ ਕਦੀ ਟਰੈਕਟਰ ਵੀ ਨਹੀਂ ਤੇ ਨਹੀਂ। ਹਾਂ, ਵੈਸੇ ਟਰੈਕਟਰ 410 ਟਰੈਕਟਰ ਕਦੀ ਵੀ ਨਹੀਂ ਆਇਆ, ਪਰ ਟਰੈਕਟਰ ਵਾਲੀਆਂ ਇੰਨੀਆਂ ਦੀ ਵੀਡੀਓ ਬਣਾਈਆਂ ਨੇ ਯਾਰ। ਜੌਨ ਡੀਅਰ ਦਾ ਹੈ 410 ਟਰੈਕਟਰ, 410 ਜੌਨ ਡੀਅਰ ਦਾ, ਲੇਕਿਨ ਇਹ ਤੇ ਹੋਰ ਹੀ ਚੀਜ਼ ਹੈ। ਬਾਕੀ ਵੇਖੋ ਜੀ, ਕਿਉਂਕਿ ਵੀਰੇ ਨੂੰ ਟਰੈਕਟਰਾਂ ਦਾ ਵੀ ਬੜਾ ਸ਼ੌਕ ਸੀ, ਸਾਡਾ ਜ਼ਿਹਨ ਕਦੀ ਟਰੈਕਟਰਾਂ ਨਾਲ ਜਾਂਦਾ ਹੈ, ਕਦੀ ਗਨ ਨਾਲ ਜਾਂਦਾ ਹੈ ਪਿਆ। ਇੱਕ ਹਾਈਵੇ ਦਾ ਵੀ ਜ਼ਿਕਰ ਆਉਣ ਡਿਆ ਕਿ 410 ਕੋਈ ਹਾਈਵੇ, ਛੋਟੇ ਸ਼ਿਕਾਰ ਲਈ ਹੈ। ਚਲੋ ਬਾਕੀ ਆਪਾਂ ਕੱਲ ਤੱਕ ਕਰਦੇ ਹਾਂ ਜੀ ਵੇਟ, ਤੇ ਜਿੱਦਾਂ ਗਾਣਾ ਆਏਗਾ ਪਤਾ ਲੱਗ ਹੀ ਜਾਏਗਾ, ਸਾਰਾ ਦੁੱਧਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਕਿ ਕੀ ਹੈ ਜੀ 410 ਕਿ ਖਾ ਜਾਂ ਸਿਰਫ ਇਸ ਡੇਟ ਨੂੰ ਰਿਲੀਜ਼ ਹੋ ਰਿਹਾ, ਇਸ ਕਰਕੇ ਤਾਂ ਨਹੀਂ ਰੱਖਿਆ ਜਾ ਸਕਦਾ 410, ਲੇਕਿਨ ਵੇਖ ਲਓ ਕਿ 410 ਚ ਕੋਈ ਨਾ ਕੁਝ ਹੈ ਜ਼ਰੂਰ ਹੈ ਕਿ ਜਿਹੜਾ ਸਪੈਸ਼ਲ। ਹੁਣ ਤੁਸੀਂ ਦੇਖਿਆ ਜਾਵੇ ਤੇ 294 10 ਤਰੀਕ ਹੈ, 295 ਗਾਣਾ ਹੈ, ਪਹਿਲੇ ਲੋਕਾਂ ਨੇ ਆਮ ਸੁਣ ਛੱਡਿਆ, ਬਾਅਦ ਚ ਉਹਨਾਂ ਨੂੰ ਪਤਾ ਚੱਲਿਆ ਕਿ 295 ਹੈ ਕੀ ਸੀ। ਹਾਂ ਮਤਲਬ ਹੁਣ 410 ਆਉਂਦਾ ਤੇ ਫੇਰ ਹੀ ਪਤਾ ਲੱਗੇਗਾ ਕੀ ਹੈ 410, ਲੇਕਿਨ ਇਹ ਹੈ ਕਿ ਫੈਨਸ ਜਿਹੜੇ ਨੇ ਉਹ ਵੇਟ ਕਰਦੇ ਪਏ ਨੇ ਬੇਸਬਰੀ ਦੇ ਨਾਲ ਕਿ ਸਿੱਧੂ ਭਾਈ ਦਾ ਗਾਣਾ ਜਿਹੜਾ, ਹੁਣ ਗੱਲ ਨਿਕਲ ਆਈ ਹੈ ਕਿ ਗਾਣਾ ਆ ਰਿਹਾ ਤਾਂ ਹੁਣ ਫਟਾਫਟ ਆ ਜਾਵੇ ਬਸ। ਜਿਵੇਂ ਪਿਛਲੀ ਵਾਰੀ ਟੀਜ਼ਰ ਚਲਾਤਾ, ਲਾਈਵ ਚਲਾਤਾ ਸੀ ਕਿ 9 ਵਜੇ ਰਿਲੀਜ਼ ਹੋ ਰਿਹਾ ਗਾਣਾ, ਮੈਨੂੰ ਲੱਗਦਾ ਐਤਕਾ ਪ੍ਰੀਮੀਅਰ ਨਹੀਂ ਕੀਤਾ ਜਾਏਗਾ, ਪ੍ਰੀਮੀਅਰ ਨਹੀਂ ਇਹਨਾਂ ਨੇ ਕੀਤਾ ਮੈਨੂੰ ਲੱਗਦਾ।
ਕਿ ਪ੍ਰੀਮੀਅਰ ਹੋਏਗਾ ਸਨੀ ਮਾਲਟਾ ਦੇ ਚੈਨਲ ਤੇ, ਪ੍ਰੀਮੀਅਰ ਹੋਣਾ ਚਾਹੀਦਾ ਜਿੱਦਾਂ ਕਿ ਹਾਂ ਪ੍ਰੀਮੀਅਰ ਹੋਣਾ ਚਾਹੀਦਾ, ਅਕਾਊਂਟਿੰਗ ਹੋਵੇ, ਟਾਈਮ ਵਗੈਰਾ ਚੱਲਣ, ਹਰ ਚੀਜ਼ ਉਦਾਂ ਹੋਣੀ ਚਾਹੀਦੀ। ਚਲੋ ਬਾਕੀ ਵੇਟ ਕਰਦੇ ਹਾਂ ਜੀ ਆਪਾਂ ਕੱਲ ਸ਼ਾਮ 5 ਵਜੇ 4-5 4 4:30 ਇੰਡੀਆ ਦਾ 5 ਕੱਲ ਸ਼ਾਮ ਨੂੰ 5 ਵਜੇ। ਚਲੋ ਮਿਲਦੇ ਹਾਂ ਅਗਲੇ ਵੀਡੀਓ 'ਚ।